ਹੁਣ ਸੈਟੇਲਾਈਟ ਵੀ ਨਹੀਂ ਉਹਨਾਂ ਦੇ ਕੋਈ ਕੰਮ ਕਰਦਾ, ਜਿਹੜੇ ਕਹਿੰਦੇ ਸੀ ਵੀ ਸਾਨੂੰ ਅੱਗ ਦਾ ਪਤਾ ਲੱਗ ਜਾਂਦਾ ਸੈਟੇਲਾਈਟ ਰਾਹੀਂ, ਹੁਣ ਉਹ ਵੀ ਨਹੀਂ ਕੋਈ ਉਹਨਾਂ ਦਾ ਪਹੁੰਚ ਰਿਹਾ ਜੀ। ਜਦੋਂ ਕੋਈ ਕਿਸਾਨ ਅੱਗ ਲਾ ਦਿੰਦਾ ਸੀ ਤਾਂ ਸਰਕਾਰ ਦੇ ਆਲਾ ਅਧਿਕਾਰੀ ਪ੍ਰਸ਼ਾਸਨ ਗੱਡੀਆਂ ਲੈ ਕੇ ਪਹੁੰਚ ਜਾਂਦਾ ਸੀ, ਉਹ ਤਾਂ ਇਹ ਵੀ ਸੀਗੇ ਪਾਣੀ ਟੈਂਕੀ ਲੈ ਕੇ ਪਹੁੰਚ ਜਾਂਦੇ ਸੀ ਵੀ ਕਿਤੇ ਕੋਈ ਅੱਗ ਨਾ ਲਾ ਦੇਵੇ। ਪਰ ਹੁਣ ਅਫਸੋਸ ਦੀ ਗੱਲ ਹੈ ਕਿ ਇਸ ਵਕਤ ਮੇਰੇ ਨਾਲ ਕਿਸਾਨ ਮੌਜੂਦ ਨੇ, ਇਹ ਬਾਈਆਂ ਦੀ ਤਕਰੀਬਨ 20 ਕਿੱਲੇ ਕਣਕ ਸੀ ਜੀ ਇਹਨਾਂ ਨੇ ਵਾਹ ਕੇ ਬੀਜੀ ਹੈ, ਅਤੇ ਨਾ ਕੋਈ ਇਹਨਾਂ ਕੋਲ ਅਧਿਕਾਰੀ ਆਇਆ, ਨਾ ਕੋਈ ਸਰਕਾਰ ਦਾ ਨੁਮਾਇੰਦਾ ਆਇਆ। ਇਹ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਉਹਨਾਂ ਨੂੰ 2500 ਰੁਪਈਆ ਪ੍ਰਤੀ ਏਕੜ ਵੀ ਦਿੱਤਾ ਜਾਊਗਾ। ਕੋਈ ਵੀ ਇੱਕ ਵੀ ਕਿਸਾਨ ਕਹਿੰਦੇ ਜੇ ਕਿਸੇ ਨੂੰ ਕੋਈ ਦਿੱਤਾ ਇਹਨਾਂ ਨੇ। ਖੇਤੀਬਾੜੀ ਵਾਲੇ ਅਫਸਰ ਆਏ ਸੀਗੇ ਜੀ, ਉਹ ਵੀ ਸਾਡੇ ਫੋਨ ਕਰਨ 'ਤੇ ਆਏ ਹੈਗੇ, ਅਤੇ ਉਹਨਾਂ ਨੇ ਵੀ ਕੁਛ ਨਹੀਂ, ਬਸ ਉਹ ਕਹਿੰਦੇ ਕਿ ਕਣਕ ਤੁਹਾਡੀ ਖਤਮ ਆ ਗਈ, ਉਹਦੇ ਹਜੇ ਵਾਹੀ ਨਹੀਂ ਸੀਗੀ, ਜ਼ਮੀਨ ਗਿੱਲੀ ਪਈ ਸੀ, ਅਤੇ ਇਹਨੂੰ ਕਹਿੰਦੇ ਤੁਸੀਂ ਬਸ ਦੁਬਾਰਾ ਬੀਜਣ 'ਚ ਹੀ ਫਾਇਦਾ। ਉਹ ਸੁਝਾਅ ਜੇ ਦੇਣ ਲੱਗ ਗਏ, ਆਪੋ ਆਪਣੇ ਤੁਸੀਂ ਇੱਥੇ ਆਹ ਬੀਜ ਲਓ ਜੀ, ਬਛੇਤੀ ਵਰਾਇਟੀ ਆਹ ਕਰ ਲਓ। ਆਹ ਸਾਡੇ ਨਾਲ ਵਾਲੀ ਕਣਕ ਹੀ ਹੈ, ਇਹ ਸਾਡੀ ਜਿਹੜੀ ਕਣਕ ਆਪਾਂ ਵਾਹਤੀ ਇਹ, ਅਤੇ ਇਹ ਕਣਕ ਇਕੱਠੀਆਂ ਬੀਜੀਆਂ ਹੋਈਆਂ ਸੀ, ਉਹ ਕਣਕ ਨੂੰ ਹੁਣ ਦੂਜਾ ਪਾਣੀ ਲੱਗਣ ਨੂੰ ਤਿਆਰ ਆ। ਹਾਂ, ਉਹਨੂੰ ਅੱਗ ਲੱਗੀ ਸੀਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕ ਰਾਏ ਟੀ ਵੀ ਦੇਖ ਰਹੇ ਹੋ, ਮੈਂ ਹਾਂ ਪਰਮਿੰਦਰ ਸਿੰਘ। ਇਸ ਵਕਤ ਹਲਕਾ ਤਲਵੰਡੀ ਸਾਬੋ ਦੇ ਪਿੰਡ ਰੰਗੂ ਬੰਗੀ ਦੇ ਵਿੱਚ ਮੌਜੂਦ ਹਾਂ। ਅਫਸੋਸ ਦੀ ਗੱਲ ਹੈ ਕਿ ਜਦੋਂ ਅਜੇ ਝੋਨਾ ਵੀ ਨਹੀਂ ਵੱਢਿਆ ਸੀ ਤਾਂ ਇਹ ਗੱਲ ਕਹੀ ਜਾਂਦੀ ਸੀ ਕਿ ਕਿਸੇ ਵੀ ਕਿਸਾਨ ਨੇ ਅੱਗ ਨਹੀਂ ਲਾਉਣੀ, ਅਤੇ ਜਦੋਂ ਕੋਈ ਕਿਸਾਨ ਅੱਗ ਲਾ ਦਿੰਦਾ ਸੀ ਤਾਂ ਸਰਕਾਰ ਦੇ ਆਲਾ ਅਧਿਕਾਰੀ ਪ੍ਰਸ਼ਾਸਨ ਗੱਡੀਆਂ ਲੈ ਕੇ ਪਹੁੰਚ ਜਾਂਦਾ ਸੀ, ਉਹ ਤਾਂ ਇਹ ਵੀ ਸੀਗੇ ਪਾਣੀ ਟੈਂਕੀ ਲੈ ਕੇ ਪਹੁੰਚ ਜਾਂਦੇ ਸੀ ਵੀ ਕਿਤੇ ਕੋਈ ਅੱਗ ਨਾ ਲਾ ਦੇਵੇ। ਪਰ ਹੁਣ ਅਫਸੋਸ ਦੀ ਗੱਲ ਹੈ ਕਿ ਇਸ ਵਕਤ ਮੇਰੇ ਨਾਲ ਕਿਸਾਨ ਮੌਜੂਦ ਨੇ, ਇਹ ਬਾਈਆਂ ਦੀ ਤਕਰੀਬਨ 20 ਕਿੱਲੇ ਕਣਕ ਸੀ ਜੀ ਇਹਨਾਂ ਨੇ ਵਾਹ ਕੇ ਬੀਜੀ ਹੈ, ਅਤੇ ਨਾ ਕੋਈ ਇਹਨਾਂ ਕੋਲ ਅਧਿਕਾਰੀ ਆਇਆ, ਨਾ ਕੋਈ ਸਰਕਾਰ ਦਾ ਨੁਮਾਇੰਦਾ ਆਇਆ। ਅਕਸਰ ਕਿਸਾਨ ਕਰੂਗਾ ਕੀ, ਆ ਤੁਸੀਂ ਵੇਖ ਸਕਦੇ ਹੋ ਦੂਰ ਤੱਕ, ਤੁਸੀਂ ਤਸਵੀਰਾਂ ਦਿਖਾਉਣਾ ਕਿ ਬਾਈ ਦੇ ਟਰੈਕਟਰ ਵਿਚਾਰੇ ਦੇ ਬੀਜੀ ਜਾਂਦੇ ਨੇ। 20 ਕਿੱਲੇ ਵਾਹਣ ਸੀ ਪਹਿਲਾਂ, ਕਹਿੰਦੇ ਕਣਕ ਬੀਜੀ ਸੀ, ਉੱਗਰੀ ਹੈ ਨਹੀਂ, ਉਹਦੇ ਵਿੱਚ ਸੁੰਡ ਪੈ ਗਿਆ, ਬੜੀਆਂ ਸਪਰੇਆਂ ਵੀ ਕੀਤੀਆਂ, ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ, ਕੋਈ ਖੇਤੀਬਾੜੀ ਵਾਲਾ ਅਫਸਰ ਨਹੀਂ ਪਹੁੰਚਿਆ। ਬਾਈ ਵਰਗੇ ਨਾਲ ਗੱਲਬਾਤ ਕਰਦੇ ਹਾਂ ਵੀ ਕਿੰਨਾ ਵਾਹਣ ਸੀ, ਕਿੰਨਾ ਕੁ ਨੁਕਸਾਨ ਹੋ ਗਿਆ। ਬਾਈ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਨੰਬਰਦਾਰ ਜਗਸੀਰ ਸਿੰਘ ਹੈ ਜੀ। ਅੱਛਾ ਜੀ, ਪਿੰਡ ਬੰਗੀ ਰੁੱਗੂ ਹੈ ਜੀ। ਕਿੰਨਾ ਵਾਹਣ ਸੀ ਬਾਈ ਤੁਹਾਡਾ ਜਿਹੜਾ ਕਣਕ ਖਰਾਬ ਹੋ ਗਈ? 20 ਕਿੱਲੇ ਜੀ। 20 ਕਿੱਲੇ? ਹਾਂਜੀ। ਅੱਗ ਲਾਈ ਨਹੀਂ ਸੀ? ਨਹੀਂ, ਅੱਗ ਨਹੀਂ ਲਾਈ ਜੀ। ਅੱਛਾ। ਸੁਪਰ ਸੀਡਰ ਨਾਲ ਪਰਾਲੀ 'ਚੋਂ ਵੀ ਬਿਜਾਈ ਕਰੀ ਸੀ, ਅਤੇ ਉਹਦੇ ਕਾਰਨ ਉਦੋਂ ਬਾਅਦ ਫਿਰ ਸੁੰਡ ਪੈਦਾ ਹੋ ਗਿਆ ਕਣਕ ਦੇ ਵਿੱਚ, ਉਹਨੇ ਖਤਮ ਕਰਤੀ ਸਾਰੀ, ਫਿਰ ਸਾਨੂੰ ਵਾਹੁਣੀ ਪਈ, ਹੁਣ ਦੁਬਾਰਾ ਬੀਜੀ ਜਾਂਦੇ ਜੀ। ਬਈ ਖਰਚੇ ਬਹੁਤ ਹੋ ਗਏ ਹੁਣ? ਖਰਚਾ ਹਾਂਜੀ, ਬੀ ਹੋ ਗਿਆ ਡਬਲ, ਰੇਹ ਰੂਹ ਦਾ ਸਾਰਾ, ਬਾਕੀ ਪਾਣੀ ਲਾਇਆ ਸੀਗਾ, ਦਵਾਈ ਪਾਈ ਸੀ ਕਲੋਰੋ ਵਗੈਰਾ ਅਤੇ ਯੂਰੀਆ ਪਾਈ ਪਾਣੀ ਲਾਉਣ ਵੇਲੇ, ਉਹ ਤਾਂ ਸਾਡੀ ਐਵੇਂ ਗਈ ਸਾਰੀ। ਅੱਛਾ। ਹਾਂਜੀ। ਕੋਈ ਠੇਕੇ ਤੇ ਵੀ ਸੀ ਵਾਹਣ? ਨਹੀਂ, ਆਪਦਾ ਹੀ ਹੈ ਜੀ। ਅੱਛਾ। ਹਾਂਜੀ। ਕੋਈ ਸਰਕਾਰ ਦਾ ਨੁਮਾਇੰਦਾ ਅਧਿਕਾਰੀ ਆਇਆ ਤੁਹਾਡੇ ਕੋਲ? ਨਹੀਂ, ਸਰਕਾਰ ਦਾ ਕੋਈ ਨਹੀਂ ਆਇਆ ਜੀ। ਸਰਕਾਰ ਤਾਂ ਪਹਿਲਾਂ ਹੀ ਗੱਲ ਕਹਿ ਦੀ ਕਿਸੇ ਨੇ ਅੱਗ ਨਹੀਂ ਲਾਉਣੀ, ਜੇ ਕੋਈ ਅੱਗ ਲਾਊਗਾ ਤਾਂ ਉਦੋਂ ਗੱਡੀਆਂ ਪਹੁੰਚ ਜਾਂਦੀਆਂ ਸੀ। ਦਵਾ ਦਵਾ ਖੁਦ SDM ਸਾਹਿਬ ਤਲਵੰਡੀ ਸਾਬੋ ਨਾਲ ਮੀਟਿੰਗ ਹੋਈ ਸੀਗੀ, ਉਦੋਂ ਤਾਂ ਹਜੇ ਆਪਣਾ ਚੌਲ ਵੀ ਖੜੇ ਸੀ, ਵੱਢੇ ਨਹੀਂ ਸੀਗੇ, ਉਹ ਵੀ ਬਸ ਅਸੀਂ ਹਦਾਇਤਾਂ ਕਰਦੇ ਰਹੇ, ਕਹਿੰਦੇ ਵੀ ਕਿਸੇ ਨੇ ਅੱਗ ਨਹੀਂ ਲਾਉਣੀ, ਅਤੇ ਸਾਨੂੰ ਨੰਬਰਦਾਰਾਂ ਨੂੰ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਤੁਸੀਂ ਪਿੰਡ 'ਤੇ ਆਪੋ ਆਪਦੇ ਪਿੰਡਾਂ 'ਚ ਗੌਰ ਰੱਖਣੀ ਆ, ਲੋਕਾਂ ਨੂੰ ਸੁਚੇਤ ਕਰਨਾ ਗਾ ਵੀ ਕਿਸੇ ਨੇ ਅੱਗ ਨਹੀਂ ਲਾਉਣੀ। ਅੱਛਾ। ਹਾਂਜੀ। ਅਤੇ ਹੁਣ ਫਿਰ? ਹੁਣ ਤਾਂ ਕੋਈ ਨਹੀਂ ਪਹੁੰਚਿਆ ਜੀ। ਅੱਛਾ। ਹੁਣ ਸੈਟੇਲਾਈਟ ਵੀ ਨਹੀਂ ਉਹਨਾਂ ਦੇ ਕੋਈ ਕੰਮ ਕਰਦਾ, ਜਿਹੜੇ ਕਹਿੰਦੇ ਸੀ ਵੀ ਸਾਨੂੰ ਅੱਗ ਦਾ ਪਤਾ ਲੱਗ ਜਾਂਦਾ ਸੈਟੇਲਾਈਟ ਰਾਹੀਂ, ਹੁਣ ਉਹ ਵੀ ਨਹੀਂ ਕੋਈ ਉਹਨਾਂ ਦਾ ਪਹੁੰਚ ਰਿਹਾ ਜੀ। ਕੋਈ ਖੇਤੀਬਾੜੀ ਵਾਲਾ, ਕੋਈ ਪੁਲਿਸ? ਖੇਤੀਬਾੜੀ ਵਾਲੇ ਅਫਸਰ ਆਏ ਸੀਗੇ ਜੀ, ਉਹ ਵੀ ਸਾਡੇ ਫੋਨ ਕਰਨ 'ਤੇ ਆਏ ਹੈਗੇ,
ਅਤੇ ਉਹਨਾਂ ਨੇ ਵੀ ਕੁਛ ਨਹੀਂ, ਬਸ ਉਹ ਕਹਿੰਦੇ ਕਿ ਕਣਕ ਤੁਹਾਡੀ ਖਤਮ ਆ ਗਈ, ਉਹਦੇ ਹਜੇ ਵਾਹੀ ਨਹੀਂ ਸੀਗੀ, ਜ਼ਮੀਨ ਗਿੱਲੀ ਪਈ ਸੀ, ਅਤੇ ਇਹਨੂੰ ਕਹਿੰਦੇ ਤੁਸੀਂ ਬਸ ਦੁਬਾਰਾ ਬੀਜਣ 'ਚ ਹੀ ਫਾਇਦਾ. ਉਹ ਸੁਝਾਅ ਜੇ ਦੇਣ ਲੱਗ ਗਏ ਆਪੋ ਆਪਣੇ, ਤੁਸੀਂ ਇੱਥੇ ਆਹ ਬੀਜ ਲਓ ਜੀ, ਬਛੇਤੀ ਵਰਾਇਟੀ ਆਹ ਕਰ ਲਓ. ਉਹਦਾ ਅਸੀਂ ਆਖਿਆ ਹੁਣ ਸਾਨੂੰ ਆਪ ਨੂੰ ਪਤਾ ਹੀ ਹੈਗਾ ਖੇਤੀ ਕਰਦੀ ਹੈ, ਮੰਨ ਲਓ ਐਡੇ ਹੋਏ ਹਾਂ ਵੀ ਕੀ ਇਹਦੇ 'ਚ ਬੀਜਣਾ ਕੀ ਨਹੀਂ. ਅੱਛਾ, ਹੋਰ ਵੀ ਕੁਛ ਲਾ ਰਹੇ ਹੋ ਬਈ ਨਾਲ? ਹਾਂ, ਮੂਲੀ ਲਾਉਣੀ ਹੈ ਜੀ, 4 ਕਿੱਲੇ ਮੂਲੀ ਤਾਂ ਉੱਗਰੇ, ਉਹ ਪਹਿਲਾਂ ਬਾਹਤੀ ਸੀਗੀ ਕਣਕ, ਅਸੀਂ ਹੋ ਗਏ 15 ਦਿਨ, ਅਤੇ ਕੁਛ 4-5 ਕਿੱਲੇ ਹੋਰ ਮੂਲੀ ਲਾਵਾਂਗੇ, ਬਾਕੀ ਕਣਕ ਬੀਜਾਂਗੇ. ਬਾਪੂ, ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਕਹਿੰਦੀ ਸੀ ਅੱਗ ਨਹੀਂ ਲਾਉਣੀ, ਅਤੇ ਹੁਣ ਕਿਸਾਨ ਤਾਂ ਬਹੁਤ ਵੱਡੀ ਵਿਪਤਾ 'ਚ ਫਸ ਗਿਆ. ਹੁਣ ਜੀ ਚੱਕਰ ਤਾਂ ਇਹੀ ਆਉਣਾ ਜੀ, ਸਰਕਾਰ ਤਾਂ ਕਹਿੰਦੀ ਵੀ ਅੱਗ ਨਹੀਂ ਲਾਉਣੀ, ਅਤੇ ਹੁਣ ਕਰਗੇ ਕੀ ਆਪਣੇ? ਕੁਛ ਤਾਂ ਲੋਕਾਂ ਨੇ ਵੀ ਉਹ ਕੀ ਕਹਿੰਦੇ ਉਹਨੇ ਗੱਠਾਂ ਬਣਾਈਆਂ ਜੀ, ਅਤੇ ਕੁਛ ਉਮੀਦਕਰੀ ਸੁਬਰ ਸਿੱਧ ਨਾ ਉਮੀਦਕਰੀ ਬੀਜੀ ਪਰਾਲੀ ਨੂੰ, ਕੀ ਕਰਕੇ ਜੀ ਬਸ ਖਰਚੇ ਦੁੱਗਣੇ ਤਿੱਗਣੇ ਹੋਈ ਜਾਂਦੇ ਜੀ. ਆਹ ਦੁਬਾਰੇ ਹੁਣ ਕਣਕ ਬੀਜੀ ਜਾਂਦੇ, ਪਹਿਲਾਂ DAP ਪਹਿਲਾਂ ਪਾਈ, ਯੂਰੀਆ ਵੀ ਪਾਈ ਪਾਣੀ 'ਤੇ, ਸਾਰਾ ਕੁਛ ਖਤਮ ਹੋ ਗਿਆ. ਤੁਸੀਂ ਲਾ ਲਓ ਵੀ 45 ਕਿੱਲੋ ਬੀਜ ਪਹਿਲਾਂ ਪਾਤਾ ਸੀਗਾ ਜੀ ਬੀਜਣ ਵੇਲੇ ਕਿੱਲੇ ਦਾ, ਅਤੇ 20-25 ਕਿੱਲੋ ਦਾ ਕਿੱਲੇ ਦਾ ਛਿੱਟਾ ਦਿੱਤਾ ਸੀਗਾ ਪਾਣੀ ਦੇ ਮੂਹਰੇ, ਉਹ ਵੀ ਨਹੀਂ ਕਾਮਯਾਬ ਹੋਇਆ. ਹੁਣ ਬਛੇਤੀ ਵਰਾਇਟੀ 58-52 ਬੀਜ ਦੇ, ਹੁਣ 70 ਕਿੱਲੋ 1 ਕਿੱਲੇ ਦਾ ਬੀਜ ਪਾਉਣੇ ਆ ਜੀ ਇਹਦਾ. ਹਾਂਜੀ, ਅਤੇ ਜਿਹਦੇ ਕੋਲ ਠੇਕੇ 'ਤੇ ਵਾਹਣ ਲਿਆ ਹੋਵੇ ਅਤੇ ਉਹਦਾ ਤਾਂ ਬਹੁਤ ਬੁਰਾ ਹਾਲ ਹੋ ਜਾਏ ਯਾਰ. ਅਤੇ ਹੁਣ ਹੀ ਹੁਣ 70-80 ਹਜ਼ਾਰ ਨੂੰ ਵਾਹਣਾ ਠੇਕੇ 'ਤੇ, ਜੇ ਕੋਈ ਉਹ ਬੰਦੇ ਨਾਲ ਉਹਨਾਂ ਨਾਲ ਕੋਈ ਇਹੋ ਜਿਹੀ 19-21 ਹੋ ਗਈ, ਬੰਦੇ ਕਰਨਗੇ ਕੀ? ਹੁਣ ਨਹੀਂ ਤੁਹਾਡੀ SDM ਨਾਲ ਗੱਲ ਹੋਈ? ਨਹੀਂ ਹੋਈ ਨਹੀਂ ਜੀ. ਹੁਣ ਨਹੀਂ ਕੋਈ ਅਧਿਕਾਰੀ ਆਇਆ? ਨਹੀਂ, ਕੋਈ ਹੱਲ ਕਰੀਏ ਤੁਹਾਡਾ? ਨਹੀਂ, ਕੋਈ ਨਹੀਂ ਆਇਆ ਜੀ. ਸਰਕਾਰ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਖਦੇ? ਸਰਕਾਰ ਦੇ ਹੁਣ ਦੇ ਆਉਣਾ ਤਾਂ ਚਾਹੀਦਾ ਜੀ, ਅਫਸਰਾਂ ਨੂੰ ਭੇਜਣਾ ਚਾਹੀਦਾ, ਡਿੱਗੀ ਵੱਡੀ ਗੱਲ ਆ. ਜਿਵੇਂ ਹੁਣ ਪਹਿਲਾਂ ਉਹ 4 ਕਿੱਲਿਆਂ 'ਚ ਮੂਲੀ ਬੀਜੀ ਸੀ ਉਹਦੇ, ਜਿਹਦੇ ਪਹਿਲੀ ਵਾਰੀ ਹੋਇਆਗਾ, ਉਦੋਂ ਕਈ ਬੰਦਿਆਂ ਨੂੰ ਵੀ ਜਿਵੇਂ ਉਹਦੇ ਅਸੀਂ ਪਹਿਲੀ ਵਾਰੀ ਵੀਡੀਓ ਪਾਈ, ਉਦੋਂ ਐਂ ਲੱਗਦਾ ਕਮੈਂਟ ਕਰਦੇ ਕਹਿੰਦੇ ਯਾਰ ਜਾਣ ਕੇ ਕਹੀ ਜਾਂਦੇ ਆ ਵੀ ਇਹਨਾਂ 'ਤੇ ਅੱਗੇ ਜੇ ਅਫਵਾਹ ਫੈਲਾਉਂਦੇ ਇਹਨਾਂ 'ਤੇ ਕਾਰਵਾਈ ਕਰੋ. ਅੱਛਾ, ਵਿੱਚ ਲਿਖੀ ਜਾਂਦੇ ਸੀ, ਉਹਨਾਂ ਨੰਬਰ ਦਿੱਤੇ, ਪਿੰਡ ਦੱਸਿਆ ਵੀ ਤੁਸੀਂ ਆ ਜਾਓ ਯਾਰ ਇੱਥੇ ਚੈੱਕ ਕਰ ਲਓ. ਵੀ ਹੁਣ ਮੰਨ ਲਓ ਇਹਦਾ ਬੰਦੇ ਦਾ ਜੀ ਥੋੜ੍ਹਾ ਕਰਦਾ ਜੀ, ਸਾਰੀ ਮੰਨ ਲਓ ਖਰਾਬ ਹੋ ਗਈ, ਬੀ ਮੂਲੀ ਦਾ ਕੁਦਰਤੀ ਮਿਲ ਗਿਆ ਥੋੜ੍ਹਾ ਜਿਹਾ, ਹੁਣ ਦੁਬਾਰੇ ਫਿਰ ਵੀ ਜੀ ਜਾਂਦਾ ਗਾ, ਅਤੇ ਹੱਲ ਕੋਈ ਹੈ ਨਹੀਂ ਇਹਦਾ. ਪਹਿਲਾਂ SDM ਪਹੁੰਚ ਜਾਂਦਾ ਸੀ, ਹੋਰ ਪੁਲਿਸ ਵੀ ਨਾਲ ਪਹੁੰਚ ਜਾਂਦੇ ਸੀ, ਹੁਣ ਨਹੀਂ ਕੋਈ ਪਹੁੰਚਦਾ. ਉਹ ਤਾਂ ਜਿਹੜੇ ਚੱਕ ਕੇ ਲਿਜਾਣੇ ਹੁੰਦੇ ਉਦੋਂ ਹੀ ਆਉਂਦੇ ਆ. ਜਿਵੇਂ ਹੁਣ ਯੂਨੀਵਰਸਿਟੀ ਦਾ ਇੰਨਾ ਖਰਚਾ ਹੋਈ ਜਾਂਦਾ 1 ਕਰੋੜ ਰੁਪਏ, ਹੈ ਨਾ, ਕਿ ਉੱਥੇ ਕਿੰਨੇ ਚੱਲਦੇ ਆਗੇ ਪ੍ਰੋਜੈਕਟ ਚੱਲਦੇ ਆ ਵੀ ਆਹ ਚੀਜ਼ ਚੈੱਕ ਕਰਨੀ ਹੈ ਜਾਂ ਆਹ ਬਣਾਉਣਾ ਕੁਛ ਨਵੀਆਂ ਚੀਜ਼ਾਂ, ਵੀ ਇਹਦੇ ਹੱਲ ਵਾਸਤੇ ਵੀ ਕੋਈ ਚੀਜ਼ ਕਰ ਸਕਦੇ ਆ ਨਾ, ਵੀ ਆ ਕੇ ਕੋਈ ਰਾਏ ਵੀ ਕਰ ਸਕਦੇ ਆ, ਜਾਂ ਫਿਰ ਉਦੋਂ ਛੱਡ ਦਿਆ ਕਰਨ, ਅੱਗ ਲਾਉਣ ਵੇਲੇ ਛੱਡ ਦਿਆ ਕਰਨ. ਵੀ ਹੁਣ ਇਹ ਬੰਦਿਆਂ ਨੂੰ ਮੰਨ ਲਓ ਖੇਤੀ ਕਰਦੇ ਹੋ ਗਏ ਕਿੰਨੇ ਸਾਲ ਹੋ ਗਏ, ਅਤੇ ਜੇ ਅੱਗ ਲਾਉਂਦੇ ਆ ਤਾਂ ਮਜ਼ਬੂਰੀ 'ਚ ਹੀ ਲਾਉਂਦੇ ਜੀ, ਅਤੇ ਉਹਦੇ ਵੀ ਹੁਣ ਜੇ ਆਪਾਂ ਮੰਨਦੇ ਹਾਂ ਵੀ ਦਰਖਤ ਮੱਚਦੇ ਆ ਜਾਂ ਕੋਈ ਜੜੀਆਂ ਜਾਨਵਰ ਮੱਚਦੇ ਹੈਗੇ, ਉਹ ਗੱਲਾਂ ਆਪਾਂ ਸਾਰੀਆਂ ਸਮਝਦੇ ਹਾਂਗੇ, ਪਰ ਹੁਣ ਹੱਲ ਹੀ ਹੈ ਨਹੀਂ ਕੋਈ, ਕੀ ਕਰਨਗੇ? ਬਸ ਵੱਧ ਤੋਂ ਵੱਧ ਅਗਲੀ ਵਾਰੀ ਅਗਲਾ ਪਹਿਲਾਂ ਕਹਿ ਦੂਗਾ ਪਰਚਾ ਕੱਟ ਦਿਓ. ਜਿਹਨੇ ਠੇਕੇ 'ਤੇ ਵਾਹਣ ਲਿਆ ਉਹਦੇ ਤਾਂ ਉਹਦੀ ਤਾਂ ਬਹੁਤ ਵੱਡੀ ਮਜ਼ਬੂਰੀ ਹੋ ਜੂ, ਉਹਦੀ ਆਫਤ ਹੀ ਆ ਜੂਗੀ ਮਜ਼ਬੂਰੀ. ਹਾਂਜੀ, ਬਾਕੀ ਨਾਲੇ ਮੰਨ ਲਓ ਵੀ ਚਲੋ ਇਹਨੇ ਖਰਚਾ ਤਾਂ ਇਹਦਾ ਵੀ ਹੋਇਆ ਗਾ ਹੁਣ, ਵੀ ਚੱਲ ਜੇ 20 ਕਿੱਲੇ ਕਰੀ ਜਾਂਦਾ ਖੇਤੀ, ਅਤੇ ਜਿਹੜਾ ਜਮਾਂ ਹੀ ਗਰੀਬ ਹੈਗਾ, ਜੇ ਹੁਣ ਇੰਨੇ ਦਿਨ ਹੋ ਗਏ, ਮੰਨ ਲਓ ਇਹ ਹੋ ਗਏ 15-16 ਦਿਨ ਹੋ ਗਏ ਨਾ ਗੱਲ ਚੱਲੀ ਜਾਂਦੀ ਨੂੰ, ਅਤੇ ਇੰਨੇ ਦਿਨਾਂ 'ਚ ਬੰਦੇ ਤੋਂ ਸਟ੍ਰੈਸ ਨਾ ਝੱਲਿਆ ਜਾਵੇ, ਮਰ ਜੇ ਬੰਦਾ, ਖੁਦਕੁਸ਼ੀ ਕਰ ਜੇ, ਫਿਰ ਵੀ 1.5 ਕਰੋੜ ਬਾਅਦ 'ਚ ਦੇਣਗੇ. ਹਾਂ, ਹੁਣ ਇਹਨੂੰ ਮੰਨ ਲਓ ਇਸ ਦੀ ਗੱਲ ਨਹੀਂ, ਹਰੇਕ ਕਿਤੇ ਪਈ ਹੋਈ ਹੈ ਸੁੰਡੀ, ਇਹਨਾਂ ਨੂੰ ਥੋੜ੍ਹਾ ਥੋੜ੍ਹਾ ਖਰਚਾ ਪਾਣੀ ਦੇ ਦੇਣ, ਜਾਂ ਜਿਵੇਂ ਪਹਿਲਾਂ ਪਲਾਉ ਮਾਲ ਕੇ ਮਾਰ ਕੇ ਥੱਲੇ ਦੱਬਦੇ ਹੈਗੇ, ਉਦੋਂ ਕੋਈ 2-2-4-4 ਲੀਟਰ ਤੇਲ ਦੇ ਪੈਸੇ ਦੇ ਦੇਣ,
ਸਹੀ ਗੱਲ ਹੈ, ਫਿਰ ਐਂ ਖੁਦਕੁਸ਼ੀਆਂ ਹੁੰਦੀਆਂ, ਫਿਰ ਗੱਲ ਪੈਸੇ 'ਤੇ ਆ ਕੇ ਮੁੱਕਦੀ ਹੈ ਜੀ। ਵੀ ਹੁਣ ਜੇ ਨੋਰਮਲ ਇਹ ਅਸੀਂ ਇੱਕ ਹੋਰ ਕਿਸਾਨ ਨਾਲ ਵੀ ਗੱਲ ਕਰੀ, ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਸੀ ਵੀ ਅੱਗ ਨਹੀਂ ਇਹਨਾਂ ਨੇ ਲਾਈ ਅਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਦਿਓ। ਅਤੇ ਜਦੋਂ ਬਠਿੰਡੇ ਕਿਸਾਨ ਮੇਲਾ ਹੋਇਆ ਸੀਗਾ, ਅਤੇ ਉਸ ਕਿਸਾਨ ਮੇਲੇ ਦੇ ਵਿੱਚ ਇੱਕ ਵੀ ਕਿਸਾਨ ਨੂੰ, ਮੈਂ ਉੱਥੇ ਬੈਠ ਰਿਹਾ ਸਾਰਾ ਦਿਨ, ਕਿਸੇ ਨੂੰ ਸਟੇਜ 'ਤੇ ਚੜ੍ਹਾ ਕੇ ਉਹਦਾ ਤਜਰਬਾ ਸਾਂਝਾ ਨਹੀਂ ਕਰਿਆ ਵੀ ਤੁਹਾਨੂੰ ਕਿੰਨੇ ਸਾਲ ਹੋਏ ਖੇਤੀ ਕਰਦੇ ਨੂੰ, ਅਗਲਾ ਦੱਸੋ ਮੈਨੂੰ ਕੀ ਪ੍ਰੋਬਲਮ ਆ। ਉੱਥੇ ਸਾਰੇ ਜਿਹੜੇ ਆਏ ਸੀਗੇ ਉਹ ਆਪਸ ਵਿੱਚ ਬੋਲ ਕੇ ਬਾਗੇ ਇੱਕ ਦੂਜੇ ਨੂੰ ਨਾਮ ਦੇ ਤੇ, ਉਹਨਾਂ ਨੇ ਕਿਸਾਨਾਂ ਨੂੰ ਸਟੇਜ 'ਤੇ ਵੀ ਨਹੀਂ ਚੜ੍ਹਾਇਆ, ਉਹਨਾਂ ਨੂੰ ਥੱਲੇ ਗਰੁੱਪ ਬਣਾ ਕੇ ਅਤੇ ਉਹ ਦੇ ਤੇ ਭੇਜ ਜੇ ਕੱਟ ਕੇ ਬਸ ਪ੍ਰਸ਼ੰਸਾ ਪੱਤਰ। ਅਤੇ ਇੱਕ ਦਾ ਕਿਸੇ ਸਿੰਗਲ ਤਜਰਬਾ ਵੀ ਨਹੀਂ ਸਾਂਝਾ ਕਰਿਆ ਉੱਥੇ। ਉਹ ਉੱਥੇ ਦੱਸਦੇ ਵੀ ਸਾ ਸੀ ਜਿਵੇਂ ਨੋਰਮਲ ਹੁਣ ਬੀਜਦੇ ਹੈਗੇ ਇਹ, ਅਤੇ ਜੇ ਵਿੱਚ ਦੱਬਣੀ ਆ ਤਾਂ ਪਲਾਓ ਮਾਰਦਾ ਇੱਕ ਬੰਦਾ, ਇੱਥੇ ਅਸੀਂ ਪਹਿਲਾਂ ਵੀ ਗੱਲ ਕਰੀ ਸੀ ਉਹਨਾਂ ਨਾਲ, ਉਹਦਾ ਖਰਚਾ ਵੱਧਦਾ ਬਸ, ਤੇਲ ਵੱਧ ਮੱਚਦਾ ਨੋਰਮਲ ਨਾਲੋਂ 5-4 ਲੀਟਰ ਵੱਧ ਮੱਚਦਾ। ਇਹ ਜਿਵੇਂ ਹੁਣ ਕਹਿੰਦੇ ਸੀ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਨੂੰ 2500 ਰੁਪਇਆ ਪ੍ਰਤੀ ਏਕੜ ਵੀ ਦਿੱਤਾ ਜਾਊਗਾ, ਕੋਈ ਵੀ ਇੱਕ ਵੀ ਕਿਸਾਨ ਕਹਿੰਦੇ ਜੇ ਕਿਸੇ ਨੂੰ ਕੋਈ ਦਿੱਤਾ ਇਹਨਾਂ ਨੇ। ਸਰਕਾਰ ਪਹਿਲਾਂ ਗੱਲਾਂ ਬਹੁਤ ਕਰਦੀ ਸੀ ਪਰ ਕੁਛ ਨਹੀਂ ਨਿਬੜ ਰਿਹਾ। ਨਹੀਂ ਕੋਈ ਕੁਛ ਨਹੀਂ ਨਿਬੜਦਾ ਜੀ ਇਸ ਸਰਕਾਰ 'ਚ। ਹੁਣ ਤੁਸੀਂ ਸਾਡੇ 'ਤੇ ਹੀ ਲਾ ਲਓ, ਹੁਣ ਅਸੀਂ ਇੰਨਾ ਖਰਚਾ ਕਰਿਆ ਬੀਜ ਪਾਇਆ, ਪਹਿਲਾਂ ਤੁਸੀਂ ਲਾ ਲਓ ਵੀ 22-23 ਸਾਨੂੰ ਕੁਆਟਲ ਕਣਕ ਆ ਕੇ, ਮੰਨ ਲਓ ਆਪਾਂ ਆਮ ਵੀ ਜੇ ਦੇ ਬੀਜ ਤਾਂ ਮਹਿੰਗਾ ਹੀ ਮਿਲਦਾ ਗਾ, ਅਤੇ ਪਹਿਲਾਂ ਅਸੀਂ ਲਾ ਲਓ ਵੀ 70 ਕਿਲੋ ਦੇ ਕਰੀਬ ਬੀਜ ਪੈ ਗਿਆ, 45 ਕਿਲੋ ਦਾ ਬੀਜਿਆ ਸੀਗਾ, 25 ਕਿਲੋ ਦਾ ਛਿੱਟਾ ਦੇ ਤਾ, ਅਤੇ 70 ਕਿਲੋ ਅਸੀਂ ਹੁਣ ਪਾਈ ਜਾਂਦੇ ਹੈਗੇ ਦੁਬਾਰੇ। DAP ਪਹਿਲਾਂ ਥੱਲੇ ਬੀਜੀ, ਪਾਣੀ ਦੇ ਮੂਹਰੇ ਵੀ ਸਿੱਟੀ DAP, ਹੁਣ ਦੁਬਾਰਾ ਫਿਰ DAP ਨਾਲ ਬੀਜਣੀ ਪਊਗੀ ਕਣਕ ਦੇ। ਅਤੇ ਕਣਕ ਦਾ ਤੁਸੀਂ ਦੇਖ ਲਓ ਵੀ ਹੁਣ ਕਣਕ ਦੂਜਾ ਪਾਣੀ ਲਾਉਣ ਨੂੰ ਤਿਆਰ ਆ, ਵਿੱਚ ਕੁਛ ਕਿਸਾਨਾਂ ਨੇ ਲਾ ਵੀ ਦਿੱਤਾ ਦੂਜਾ ਪਾਣੀ, ਅਤੇ ਅਸੀਂ ਹੁਣ ਦੁਬਾਰਾ ਹਜੇ ਬਿਜਾਈ ਕਰ ਰਹੇ ਹਾਂ ਵੀ ਜਿਹੜੀ ਕਣਕ ਤੁਸੀਂ ਲਾ ਲਓ ਵੀ 60-65 ਮਣ ਨਿਕਲਦੀ ਸੀ, ਜਿਹੜੀ ਹੁਣ ਬੀਜਾਂਗੇ ਹੁਣ ਇਹਦਾ ਕੀ ਵੀ 35 ਮਣ ਹੋਊ ਕਿ 40 ਮਣ ਹੋਊਗੀ। ਕਈ ਜ਼ਿਮੀਂਦਾਰਾਂ ਨੇ ਵਿੱਚ ਜੀ ਅੱਗ ਲਾਈ ਹੈ ਅਤੇ ਉੱਥੇ ਜਮਾਂ ਪ੍ਰੋਬਲਮ ਹੈ ਨਹੀਂ, ਸੁਪਰ ਸੀਡਰ ਨੇ ਬੀਜੀ ਉੱਥੇ ਪ੍ਰੋਬਲਮ ਨਹੀਂ ਆਈ। ਹੁਣ ਤੁਸੀਂ ਦੂਰ ਨਾ ਜਾਓ ਜੀ, ਹੁਣ ਆਹ ਸਾਡੇ ਨਾਲ ਵਾਲੀ ਕਣਕ ਹੀ ਹੈ, ਇਹ ਸਾਡੀ ਜਿਹੜੀ ਕਣਕ ਆਪਾਂ ਵਾਹਤੀ ਇਹ, ਅਤੇ ਇਹ ਕਣਕ ਇਕੱਠੀਆਂ ਬੀਜੀਆਂ ਹੋਈਆਂ ਸੀ, ਉਹ ਕਣਕ ਨੂੰ ਹੁਣ ਦੂਜਾ ਪਾਣੀ ਲੱਗਣ ਨੂੰ ਤਿਆਰ ਆ। ਅੱਗ ਲਾਈ ਸੀ? ਹਾਂ, ਉਹਨੂੰ ਅੱਗ ਲੱਗੀ ਸੀਗੀ। ਅੱਛਾ, ਹਾਂਜੀ ਬਿਲਕੁਲ। ਇਹ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਹਰੇਕ ਕਿਸਾਨ ਦੇ ਹਾਲਾਤ ਬਣੇ ਪਏ ਨੇ, ਕਿਸੇ ਦੀ ਕਣਕ ਨੂੰ ਸੁੰਡ ਪੈ ਰਿਹਾ, ਕਿਸੇ ਨੇ ਵਿਚਾਰੇ ਨੇ ਵਾਹ ਕੇ ਬੀਜਤੀ। ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇ ਉਦੋਂ ਤੁਸੀਂ ਅੱਗ ਲਾਉਣ ਤੋਂ ਤੁਸੀਂ ਰੋਕਦੇ ਸੀ ਤਾਂ ਹੁਣ ਵੀ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਕੱਲੇ ਦਫ਼ਤਰਾਂ 'ਚ ਬਹਿ ਕੇ ਨਹੀਂ ਗੱਲਾਂ ਕੀਤੀਆਂ ਜਾ ਸਕਦੀਆਂ, ਹਕੀਕਤ ਕੁਝ ਹੋਰ ਹੁੰਦੀ ਹੈ। ਤਸਵੀਰਾਂ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਹੁਣ ਵੀ ਸਾਂਝੀਆਂ ਕਰ ਰਿਹਾ ਕਿ ਦੂਰ ਤੱਕ ਤੁਸੀਂ ਵੇਖ ਲਓ ਕਿ ਸਾਰੇ ਵਿਚਾਰੇ ਜਿਹੜੇ ਕਿਸਾਨ ਹੈ ਉਹ ਆਪਦੀ ਕਣਕ 20 ਦੇ 20 ਕਿੱਲੇ ਵਾਹ ਕੇ ਬੀਜ ਰਿਹਾ, ਕਿਉਂਕਿ ਖਰਚਾ ਬਹੁਤ ਹੋ ਜਾਂਦਾ ਹੈ ਮਸਾਂ ਖੇਚਲਾ ਕਰਕੇ ਇੱਕ ਵਾਰੀ, ਪਰ ਇਹ ਵਿਚਾਰੇ ਦੋ ਵਾਰੀ ਹੁਣ ਜਿਹੜੇ ਵਾਹ ਕੇ ਬੀਜ ਰਹੇ ਨੇ, ਸਮਾਂ ਬਹੁਤ ਲੰਘ ਚੁੱਕਿਆ। ਇਸ ਕਰਕੇ ਇਹਨਾਂ ਕਿਸਾਨਾਂ ਦੀ ਵੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ, ਪੰਜਾਬ ਦੀ ਹਰ ਇੱਕ ਮੁੱਦੇ 'ਤੇ ਤੁਹਾਨੂੰ ਅਸੀਂ ਅਪਡੇਟ ਦਿਆ ਕਰਾਂਗੇ। ਧੰਨਵਾਦ।